ਸਾਰੇ ਵੀਰਾਂ ਨੂੰ ਮੇਰੀ ਤਰਫੋਂ ਸਭ ਤੋਂ ਪਹਿਲੇ ਅਸਲਾਮੁ ਅਲੈਕੁਮ। ਮੈਂ ਜੀ ਸਾਹਿਬਜ਼ਾਦਾ ਉਸਾਮਾ ਸਈਦ, ਅਤੇ ਅੱਜ ਮੈਂ ਆਪਣੇ ਇੱਕ ਸਰਦਾਰ ਵੀਰ ਦੀ ਹੈਲਪ ਦੇ ਨਾਲ ਉਹਨਾਂ ਦੇ ਪਿੰਡ ਦੇ ਵਿੱਚ ਮੌਜੂਦ ਇੱਕ ਮਸਜਿਦ ਬਹੁਤ ਹੀ ਸ਼ਾਨਦਾਰ ਹਾਲੇ ਵੀ ਤੁਹਾਨੂੰ ਨਜ਼ਰ ਆ ਰਹੀ ਹੈ, ਉਹਦੀ ਵੀਡੀਓ ਬਣਵਾਈਏ ਅਤੇ ਸੋਚਿਆ ਆਪਣੇ ਵੀਰਾਂ ਨੂੰ ਵਿਖਾ ਦਿਆਂ। ਇਹ ਜਿਹੜੀ ਮਸੀਤ ਇਹ ਜਨਾਬ ਜ਼ਿਲ੍ਹਾ ਕਰਨਾਲ ਦੀ ਤਹਿਸੀਲ ਅਸੰਧ ਮੇਰੇ ਖਿਆਲ ਨਾਲ ਉਹਦਾ ਇੱਕ ਪਿੰਡ ਉਹਦੇ 'ਚ ਪੈਂਦੀ ਹੈ। ਠੀਕ ਹੈ, ਹਾਲੇ ਵੀ ਬੜੀ ਸੋਹਣੀ ਸ਼ਾਨਦਾਰ ਹਾਲਤ ਹੈ, ਮੌਜੂਦ ਹੈ, ਅੰਦਰੋਂ ਵੇਖੋ ਜ਼ਰਾ ਅੰਦਰੋਂ ਵੀ ਉਵੇਂ ਦੀ ਉਵੇਂ ਮੌਜੂਦ ਹੈ। ਆ ਮਸੀਤ ਨੂੰ ਜਿਹੜਾ ਇਹਦੇ ਕੋਲ ਆਈ ਸੀ ਉਹਨਾਂ ਨੇ ਤਾਲਾ ਲਾ ਦਿੱਤਾ ਹੈ, ਰੱਬ ਦਾ ਘਰ ਸਮਝ ਕੇ ਇੱਥੇ ਮਤਲਬ ਉਹਨਾਂ ਨੇ ਨਾ ਰੈਸ਼ ਰੱਖੀ ਹੈ, ਕਿਹਾ ਵੀ ਰੱਬ ਦਾ ਘਰ ਹੈ, ਅਤੇ ਉਹਨਾਂ ਇਸ ਤਰ੍ਹਾਂ ਹੀ ਉਹਨਾਂ ਛੱਡ ਦਿੱਤੀ ਹੈ ਕਿ ਜਦੋਂ ਕੋਈ ਮੁਸਲਮਾਨ ਵੀਰ ਹੁਣ ਤਾਂ ਆ ਕੇ ਨੂੰ ਵੇਖ ਸਕਣ। ਅਤੇ ਇਹ ਜਿਹੜੀ ਜਗ੍ਹਾ ਤੁਹਾਨੂੰ ਨਜ਼ਰ ਆ ਰਹੀ ਹੈ, ਦੂਸਰੀ ਇੱਕ ਹੋਰ ਮਸੀਤ ਹੁੰਦੀ ਸੀ ਇਸ ਪਿੰਡ ਦੇ ਵਿੱਚ। ਠੀਕ ਹੈ ਭਾਅ ਜੀ, ਜਿੱਧਰ ਇਸ਼ਾਰੇ ਕਾਰਨ ਇੱਥੇ ਬਣੀ ਹੁੰਦੀ ਸੀ ਉਹ ਆਪਣੇ ਆਪ ਹੀ ਡਿੱਗ ਪਈ ਹੈ, ਪਿੰਡ ਵਾਲਿਆਂ ਨੇ ਨਹੀਂ ਡਿੱਗੀ, ਆਪਣੇ ਆਪ ਡਿੱਗੀ ਹੈ। ਪਰ ਹਾਲੇ ਵੀ ਜਿਹੜਾ ਨਾ ਉਹ ਜਗ੍ਹਾ ਦੇ ਨਾਲ ਨਾਲ ਕੋਈ ਹਲੇ ਕਹਿੰਦਾ ਉਹ ਮਸੀਤ ਦੀਆਂ ਹਲੇ ਵੀ ਖਲੋਤੀਆਂ ਨੇ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ ਨਾਲ ਨਾਲ। ਇਹ ਵੇਖੋ ਜਿੱਧਰ ਅਸੀਂ ਜਾ ਰਹੇ ਹਾਂ, ਸਾਹਮਣੇ ਕੰਧ ਹੈ ਜੀ, ਆ ਬਰੀਕ ਇੱਟਾਂ ਵਾਲੀ, ਹਲੇ ਵੀ ਉਸੇ ਟਾਈਮ ਦੀ ਉਹ ਮਸੀਤ ਦੀ ਕੰਧ ਹੈ ਜਿਹੜੀ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਇਹ ਵੇਖੋ ਬਰੀਕ ਬਰੀਕ ਇੱਟਾਂ, ਹਾਏ ਹਾਏ, ਆਪਣੇ ਘਰ ਬਾਰ ਛੱਡ ਕੇ ਆਉਣਾ, ਪਿੰਡ ਛੱਡ ਕੇ ਆਉਣਾ ਕਿੰਨਾ ਹੀ ਔਖਾ ਹੋਏਗਾ, ਜਿਹੜੇ ਇੱਥੇ ਵਸਦੇ ਹੁੰਦੇ ਆ, ਜਿਹੜੇ ਇੱਧਰੋਂ ਉੱਧਰ ਗਏ ਨੇ, ਸਾਰਿਆਂ ਲਈ ਬੜਾ ਔਖਾ ਸੀ। ਇਹ ਸਾਰੀ ਜਗ੍ਹਾ ਮਸੀਤ ਦੀ ਹੁੰਦੀ ਸੀ, ਇਹ ਜਿਹੜੀ ਤੁਸੀਂ ਵੇਖ ਰਹੇ ਹੋ, ਠੀਕ ਹੈ, ਜਿਹੜੇ ਇਸ ਟਾਈਮ ਓਪਨ ਪਈ ਹੈ, ਇੱਥੇ ਕਿਸੇ ਵੀ ਕੁਝ ਵੀ ਨਹੀਂ ਬਣਾਇਆ। ਸਾਰੇ ਵੀਰਾਂ ਕੇ ਰਿਕੁਐਸਟ, ਇੱਕ ਮੇਰਾ ਇੱਕ ਯੂਟਿਊਬ ਚੈਨਲ ਹੈ, ਨਾਲ ਮੇਰਾ ਇੱਕ ਫੇਸਬੁੱਕ ਗਰੁੱਪ ਹੈ, ਨਾਲ ਫੇਸਬੁੱਕ ਪੇਜ ਹੈ ਜਿਹਦਾ ਨਾਮ 1947 ਦਾ ਪੰਜਾਬ ਹੈ, ਉਹਨੂੰ ਸਬਸਕ੍ਰਾਈਬ ਕਰੋ। ਅਤੇ ਜਿਹੜੇ ਜਿਹੜੇ ਵੀਰ ਆਪਣੇ ਬਜ਼ੁਰਗਾਂ ਦਾ ਪੁਰਾਣਾ ਪਿੰਡ ਵੇਖਣਾ ਚਾਹੁੰਦੇ ਨੇ, ਉਹਨਾਂ ਅੱਗੇ ਰਿਕੁਐਸਟ ਕਿ ਆਪਣੇ ਬਜ਼ੁਰਗਾਂ ਦਾ ਪੁਰਾਣੇ ਪਿੰਡ ਦਾ ਨਾਮ, ਤਹਿਸੀਲ ਅਤੇ ਜ਼ਿਲ੍ਹੇ ਦਾ ਨਾਮ ਕਮੈਂਟ ਕਰੋ, ਜਲਦੀ ਹੀ ਉਹਨਾਂ ਨੂੰ ਉਹਨਾਂ ਬਜ਼ੁਰਗਾਂ ਦਾ ਪੁਰਾਣਾ ਪਿੰਡ ਵਿਖਾ ਦਿੱਤਾ ਜਾਏਗਾ। ਇਹਦੇ ਨਾਲ ਹੀ ਵੀਡੀਓ ਜਿਹੜੀ ਹੈ ਅਖਤਾਮ ਨੂੰ ਪਹੁੰਚਦੀ ਹੈ, ਦੁਆਵਾਂ 'ਚ ਯਾਦ ਰੱਖਿਆ ਹੈ, ਅਤੇ ਮਜ਼ੀਦ